ਭਾਜੀ ਕੀ ਨਾਮ ਜੀ ਆਪਣਾ ਮੇਰਾ ਅਮਰਜੀਤ ਸਿੰਘ ਕੁੱਕੂ ਗਾਮ ਸਾਡੀ ਸ਼ੋਪ ਦਾ ਨਾਮ ਹੈ ਕੀ ਕਾਰਨ ਹੈ ਭਾਜੀ ਜਿਹੜਾ ਬਾਜ਼ਾਰ ਦੇ ਵਿੱਚ ਆ ਸਾਰੇ ਇਕੱਠੇ ਹੋਏ ਮਹੀਨੇ ਤੋਂ ਪਾਣੀ ਦਾ ਹੱਲ ਹੋ ਹੀ ਨਹੀਂ ਰਿਹਾ ਪਾਣੀ ਦਾ ਹੱਲ ਤੇ ਕਾਫੀ ਸਾਲ ਹੋ ਗਏ ਮੈਂ ਤਾਂ 2 ਮਹੀਨੇ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ 15 ਦਿਨ ਹੋ ਚੱਲੇ ਆ ਸਹੀ ਐਮਐਲਏ ਦੇ ਬੇਟੇ ਸਾਹਿਬ ਨੂੰ ਮਿਲੇ ਸੀ ਯਾਦ ਤੇ ਬੰਦੇ ਕਹਿੰਦੇ ਜੀ ਅੱਜ ਭੇਜਦੇ ਆ ਅੱਜ ਹੀ ਤਾਂ ਦੇਖ ਕੇ ਆ ਜਾਂਦੇ ਨੇ ਹੱਲ ਦਾ ਕੋਈ ਨਹੀਂ ਨਿਕਲਦਾ ਐਸਾ ਜੀ ਸਾਨੂੰ ਇਹੀ ਕਿਹਾ ਹੈ ਕਿ ਸੋਮਵਾਰ ਨੂੰ ਤੁਹਾਡਾ ਹਰ ਤਰ੍ਹਾਂ ਹੱਲ ਨਿਕਲੇਗਾ ਸਾਨੂੰ ਇਹੀ ਹੈ ਕਿ ਸਾਡਾ ਹੱਲ ਨਿਕਲੇ ਕਿੰਨਾ ਟਾਈਮ ਹੋ ਗਿਆ ਭਾਜੀ ਜਿਹੜੀ ਹੈ ਤੁਸੀਂ ਝੇਲਦੇ ਪਏ ਹੁਣ ਤਾਂ ਸਾਨੂੰ 2 ਮਹੀਨੇ ਹੋ ਚੁੱਕੇ ਨੇ 2 ਮਹੀਨੇ ਤੋਂ ਸਾਨੂੰ ਕਹਿੰਦੇ ਅੱਜ ਕਰਦੇ ਆ ਅੱਜ ਕਰਦੇ ਆ 15 ਦਿਨ ਤੋਂ ਸਾਨੂੰ ਇਹੀ ਲਾਲਾ ਲਾ ਰਹੇ ਕਿ ਅਸੀਂ ਦੇਖ ਕੇ ਆ ਜਾਂਦੇ ਨੇ ਕਹਿੰਦੇ ਕਿ ਤੁਹਾਡਾ ਗੱਡੀ ਭੇਜਾਂਗੇ ਕੰਮ ਹੋ ਜਾਏਗਾ ਮਗਰ ਕੋਈ ਕੰਮ ਨਹੀਂ ਐਸ ਐਮ ਪੀ ਦੇਖੋ ਇਸ ਤਰ੍ਹਾਂ ਦੇ ਹਾਲਾਤ ਹੋ ਗਏ ਨੇ ਇੰਨਾ ਮੱਛਰ ਇੰਨਾ ਪਾਣੀ ਖੁੱਲਦਾ ਗਾਹਕ ਆ ਹੀ ਨਹੀਂ ਰਿਹਾ ਅਗਰ ਗਾਹਕ ਆਉਂਦਾ ਕਿੱਥੇ ਵਾਪਸ ਹੋਈ ਕਾਰਪੋਰੇਸ਼ਨ ਨੂੰ ਵੀ ਕੋਈ ਇਸ ਬਾਰੇ ਸ਼ਿਕਾਇਤ ਦਿੱਤੀ ਗਈ ਸਰ ਐਮਐਲਏ ਸਾਹਿਬ ਨੂੰ ਕਿਹਾ ਤਾਂ ਸਾਡੇ ਤੇ ਐਮਐਲਏ ਕਾਰਪੋਰੇਸ਼ਨ ਨੇ ਸਭ ਕੁਝ ਉਹ ਹੀ ਹੈਗੇ ਤੁਸੀਂ ਕੀ ਮੰਗ ਕਰਦੇ ਹੋ ਭਾਜੀ ਸਾਡੀ ਮੰਗ ਇਹੀ ਹੈ ਕਿ ਪਾਣੀ ਦਾ ਹੱਲ ਨਿਕਲੇ ਤੇ ਅਸੀਂ ਦੁਕਾਨਾਂ ਦੇ ਆਪਣੇ ਸਹੀ ਢੰਗ ਨਾਲ ਬਹਿ ਜਾਈਏ ਕੋਈ ਸਾਡਾ ਗਾਹਕ ਨੂੰ ਚੱਲੇ ਜੀ ਕੀ ਨਾਮ ਹੈ ਮੇਰਾ ਨਾਮ ਹੈ ਅਰੁਣ ਕੁਮਾਰ ਜੀ ਘੱਟੋ ਘੱਟ 15 ਦਿਨ ਤੋਂ ਪਰ ਪਾਣੀ ਵਾਲਾ ਸਮੱਸਿਆ ਚੜਿਆ ਸੀਵਰੇਜ ਦਾ ਪਾਣੀ ਦਾ ਸੀਵਰੇਜ ਬੰਦ ਰਹਿੰਦਾ ਇਸ ਵੱਲੋਂ ਮੈਂ ਘੱਟੋ ਘੱਟ 5 ਮਿੰਟਾਂ ਪਰਤਾਵਾ ਆਫਿਸ ਵੀ ਕਰ ਚੁੱਕਾ ਹਾਂ ਮੇਰਾ ਉੱਤੇ ਨਾਮ ਲਿਖਿਆ ਬਗੈਰਾ ਫੋਨ ਨੰਬਰ ਲਿਖੇ ਕੰਪਲੇਂਟ ਕੀਤੀ ਉਹ ਬੰਦੇ ਆਪਣੇ ਵੱਲੋਂ ਭੇਜਦੇ ਆ ਉਹ ਹੋ ਕੇ ਚਲੇ ਜਾਂਦੇ ਆ ਉਹਨਾਂ ਨੇ ਇਹੀ ਬੰਦੇ ਨੇ ਕਿਹਾ ਵੀ ਅੱਗੋਂ ਇਹ ਮਸ਼ੀਨ ਦਾ ਕੰਮ ਆ ਮਸ਼ੀਨ ਆਏਗੀ ਤਾਂ ਕਰੇਗੀ ਜੇਈ ਸਾਹਿਬ ਨੂੰ ਮੈਂ ਕਿਹਾ ਕਿ ਉਹਨਾਂ ਨੇ ਅੱਗੋਂ ਕੰਪਲੇਂਟ ਕੀਤੀ ਵੀ ਪਰ ਉਹਨਾਂ ਨੇ ਅੱਗੋਂ ਹੱਲ ਨਹੀਂ ਕੱਢਿਆ ਪਾਣੀ ਦਾ ਮਸ਼ੀਨ ਦਾ ਬਿਨਾਂ ਕੰਮ ਕੋਈ ਨਿਕਲਣਾ ਨਹੀਂ ਉਹ ਕਹਿੰਦੇ ਅੱਗੋਂ ਫਲੋ ਬੰਦ ਹੈਗਾ ਸਾਰਾ ਪਰ ਇਹ ਫਲੋ ਇੱਥੋਂ ਪੂਰਾ ਬੰਦ ਇੱਥੋਂ ਹੀ ਲੱਗਦਾ ਸਾਰਾ ਅਸੀਂ ਕੰਪਲੇਂਟ ਕਰ ਕਰ ਥੱਕ ਚੁੱਕੇ ਹਾਂ ਤੁਸੀਂ ਇਸ ਚੀਜ਼ ਦਾ ਹੱਲ ਕਰਾਓ ਹੁਣ ਐਮਐਲਏ ਸਾਹਿਬ ਨਾਲ ਵੀ ਕੋਈ ਗੱਲ ਕੀਤੀ ਗਈ ਹੈ ਤੇ ਮੇਰੇ ਸਾਹਮਣੇ ਪਾਈ ਹੈ ਪ੍ਰਧਾਨ ਸਾਹਿਬ ਨਾਲ ਮੇਰੀ ਆਪਣੇ ਨਾਲ ਇਹਨਾਂ ਦੀ ਗੱਲ ਹੋਈ ਹੈ ਮੇਰੀ ਤਾਂ ਕਾਰਪੋਰੇਸ਼ਨ ਦੀ ਗੱਲ ਹੋਈ ਹੈ ਕਿਸੇ ਸਾਹਿਬ ਨਾਲ ਗੱਲ ਹੋਈ ਸੀ ਉਹ ਕਹਿੰਦੇ ਅਸੀਂ ਬੰਦਾ ਭੇਜਿਆ ਠੀਕ ਹੈ ਚਲੇ ਗਏ ਬਈਆ ਦੇ ਸਾਰੇ ਮਿਲ ਗਏ ਐਮਐਲਏ ਸਾਹਿਬ ਕੋ ਹੋ ਗਏ ਆ ਉਹਨਾਂ ਦੇ ਬੇਟੇ ਕੋ ਹੋ ਗਏ ਉਹ ਕਹਿੰਦੇ ਅਸੀਂ ਕਿੱਦਾਂ ਦਾ ਕੰਮ ਕਰਾ ਦਾਂਗੇ ਕੋਈ ਸੁਣਵਾਈ ਨਹੀਂ ਹੋਈ ਕੋਈ ਕੰਮ ਨਹੀਂ ਹੋਇਆ ਬਾਜ਼ਾਰ ਚ ਭਾਜੀ ਕਿੰਨੀ ਦੇਰ ਹੋ ਗਈ ਗੰਦਗੀ ਝੇਲਦੇ ਆ ਭਾਜੀ ਇਹ 2 ਮਹੀਨੇ ਉੱਪਰ ਹੋ ਗਏ ਤੁਸੀਂ ਕੀ ਮੰਗ ਕਰਦੇ ਹੋ ਭਾਜੀ ਤੁਹਾਡਾ ਬਾਜ਼ਾਰ ਦਾ ਕੰਮ ਹੋ ਗਿਆ ਪਰ ਕੋਈ ਆਉਣ ਵਾਲਾ ਨਾ ਪਿੱਛੇ ਮੁੜ ਜਾਂਦਾ ਕਹਿੰਦਾ ਯਾਰ ਇੱਡਾ ਲੰਬਾ ਰਸਤਾ ਸੀਵਰੇਜ ਦੇ ਪਾਣੀ ਚ ਕੌਣ ਨਿਕਲੇਗਾ ਅਸੀਂ ਲੋਕ ਤਾਂ ਮਜਬੂਰੀ ਆਨੇ ਆ ਸਾਡੀ ਦੁਕਾਨਾਂ ਹੈਗੀਆਂ ਸਾਨੂੰ ਆਉਣਾ ਪੈਣਾ ਪਰ ਗਾਹਕ ਨੂੰ ਥੋੜਾ ਮਜਬੂਰੀ ਹੈ ਕੋਈ ਵੀ ਉਹਨਾਂ ਉੱਤੇ ਆਪਸ਼ਨ ਬਥੇਰੇ ਆ ਸਾਡੀ ਇਹ ਸਮੱਸਿਆ ਕਰੋ ਪੂਰੀ ਮਸ਼ੀਨ ਲਗਾ ਕੇ ਸਾਰੀ ਲਾਈਨ ਦੀ ਸਫਾਈ ਕਰੋ ਅਗਲੇ 5-7 ਸਾਲ ਵਧੀਆ ਨਿਕਲ ਜਾਣਗੇ ਕਿਉਂਕਿ ਇਹ ਸਮੱਸਿਆ ਕਈ ਸਾਲਾਂ ਤੋਂ ਚੱਲੀ ਆ ਰਹੀ ਹੈ ਵਿੱਚ ਥੋੜੀ ਟੈਂਪਰੇਰੀ ਠੀਕ ਹੋ ਜਾਂਦੀ ਹੈ ਵਿੱਚ ਟੈਂਪਰੇਰੀ ਫਿਰ ਜ਼ਿਆਦਾ ਖਰਾਬ ਹੋ ਜਾਂਦੀ ਹੈ ਪੱਕੇ 2 ਮਹੀਨੇ ਹੋ ਗਏ ਆ ਖਰਾਬ ਚੱਲ ਰਿਹਾ ਹੈ ਪਿਛਲੇ 1 ਮਹੀਨੇ ਤੋਂ ਕੰਟੀਨਿਊਸ ਬਹਿ ਰਿਹਾ ਵਾ ਸਵੇਰੇ ਦੁਪਹਿਰ ਸ਼ਾਮ ਕੋਈ ਇਹਦੇ 'ਚ ਮਤਲਬ ਕਿ ਇੱਦਾਂ ਹੋ ਰਿਹਾ ਕਿ ਨਦੀ ਚੱਲ ਰਹੀ ਹੈ ਇੱਦਾਂ ਦਾ ਮਾਹੌਲ ਹੋਇਆ ਪਿਆ ਵਾ ਇਹਨੂੰ ਕਿਰਪਾ ਕਰਕੇ ਠੀਕ ਕਰਾਓ ਅੱਜ ਕਾਦੇਸ਼ਾ ਚੌਂਕ ਦੀ ਮਾਰਕੀਟ ਵੱਲੋਂ ਪ੍ਰੋਟੈਸਟ ਕੀਤਾ ਗਿਆ ਉਹਨਾਂ ਦਾ ਕਹਿਣਾ ਕਈ ਵਾਰ ਆਪਾਂ ਐਮਐਲਏ ਸਾਹਿਬ ਨੂੰ ਮਿਲੇ ਆ ਤੇ ਉਹਨਾਂ ਵੱਲੋਂ ਕੋਈ ਹੱਲ ਨਹੀਂ ਕੀਤੇ ਗਏ ਸੀਵਰੇਜ ਕਾਦੇਸ਼ਾ ਚੌਂਕ 'ਚ ਪਿਛਲੇ 1 ਮਹੀਨੇ ਤੋਂ ਮੈਂ ਲਗਭਗ 3-4 ਵਾਰੀ ਸਫਾਈ ਕਰਵਾ ਚੁੱਕਾ ਸੀਵਰੇਜ ਦੇ ਸਾਈਜ਼ ਛੋਟੇ ਹੋਣ ਕਰਕੇ ਉੱਥੇ ਜਿੱਦਾਂ ਬਾਜ਼ਾਰ ਹੈਗਾ ਉੱਥੇ ਕੋਈ ਲਿਫਾਫੇ ਕੋਈ ਗੰਦਗੀ ਵਗੈਰਾ ਇੰਨੀ ਜ਼ਿਆਦਾ ਉੱਥੇ ਜਮ੍ਹਾਂ ਹੋ ਚੁੱਕੀ ਹੋਈ ਹੈ ਕਿ ਪਿਛਲੇ ਮੇਰੇ ਹਿਸਾਬ ਨਾਲ 10-15 ਸਾਲ ਹੋ ਗਏ ਉੱਥੇ ਸੁਪਰ ਸੈਕਸ਼ਨ ਨਾਲ ਕੋਈ ਵੀ ਸਫਾਈ ਵਗੈਰਾ ਨਹੀਂ ਕੀਤੀ ਗਈ ਅਤੇ ਕੋਈ ਵੀ ਇਹਦਾ ਹੱਲ ਨਹੀਂ ਕੀਤਾ ਗਿਆ ਫਿਰ ਵੀ ਅਸੀਂ ਟੈਂਪਰੇਰੀ ਤੌਰ 'ਤੇ ਪਿਛਲੇ 1 ਮਹੀਨੇ ਤੋਂ ਹੱਲ ਕਰਾਉਂਦੇ ਆਏ ਹਾਂ ਅਤੇ 3-4 ਵਾਰੀ ਸਫਾਈ ਕਰਾਇਆ ਹੁਣ ਜਿੱਦਾਂ ਪਤਾ ਲੱਗਾ ਸੀਗਾ ਪਿਛਲੇ ਹਫ਼ਤੇ ਅਤੇ ਸੁਪਰ ਸੈਕਸ਼ਨ ਦੀ ਕਮਿਸ਼ਨਰ ਸਾਹਿਬ ਕੋਲ ਡਿਮਾਂਡ ਕਰ ਲਿੱਤੀ ਗਈ ਹੈ ਕਿਉਂਕਿ ਇੱਥੇ ਵੱਡੀ ਗੱਡੀ ਵੀ ਨਹੀਂ ਆਉਣੀ ਨਾ ਜੈਟਿੰਗ ਆਉਣੀ ਹੈ ਨਾ ਕੋਈ ਗ੍ਰੈਬ ਮਸ਼ੀਨ ਆਉਣੀ ਹੈ ਹੱਲ ਸੁਪਰ ਸੈਕਸ਼ਨ ਨਾਲ ਹੀ ਹੋਣਾ ਅਤੇ ਬਹੁਤ ਜ਼ਿਆਦਾ ਇੱਥੇ ਫੈਲ ਚੁੱਕਾ ਹੋਇਆ ਮਤਲਬ ਕਿ ਲਿਫਾਫੇ ਗੰਦਗੀਆਂ ਟਰਮ ਬਟਰਮ ਇੱਟਾਂ ਵਗੈਰਾ ਵੀ ਬਹੁਤ ਵੱਡੇ ਵੱਡੇ ਪੱਥਰ ਵੀ ਫਸੇ ਹੋਣਗੇ ਸੀਵਰੇਜ ਛੋਟੇ ਹੋਣ ਕਰਕੇ ਅਗਰ ਇਹ ਨਾਲ ਨਾਲ ਸਫਾਈ ਕੀਤੀ ਗਈ ਹੁੰਦੀ 10-15 ਸਾਲ ਤੋਂ ਤਾਂ ਇਹ ਕਦੀ ਨੌਬਤ ਆਉਣੀ ਨਹੀਂ ਸੀ ਪਰ ਚਲੋ ਹੁਣ ਦੇਰ ਹੈ ਦਰੁਸਤ ਆਏ ਅਗਰ ਲੋਕ ਚਾਹੁੰਦੇ ਨੇ ਇੱਥੇ ਸਾਫ਼ ਸਫਾਈ ਹੋਵੇ ਅਤੇ ਸਾਨੂੰ ਉਹਨਾਂ ਨੇ ਕਿਹਾ ਸੀਗਾ ਅਤੇ ਅਸੀਂ ਕਮਿਸ਼ਨਰ ਸਾਹਿਬ ਨੂੰ ਲੈਟਰ ਲਿਖ ਚੁੱਕੇ ਹਫ਼ਤਾ ਤੋਂ 10 ਦਿਨ ਹਜੇ ਪ੍ਰੋਸੈਸ ਹੁੰਦਾ ਕਿ ਸੁਪਰ ਸੈਕਸ਼ਨ ਲੈ ਕੇ ਆਉਣੀ ਛੋਟੀ ਸੁਪਰ ਸੈਕਸ਼ਨ ਜਲੰਧਰ 'ਚ ਕਿਤੇ ਨਹੀਂ ਹੈਗੀ ਅਤੇ ਇਸ ਏਰੀਏ ਨੂੰ ਅਗਰ ਸੁਪਰ ਸੈਕਸ਼ਨ ਅਲੋਟ ਹੋਈ ਵੱਡੀ ਵਾਲੀ ਅਲੋਟ ਹੋਈ ਹੋਈ ਹੈ ਅਤੇ ਸੁਪਰ ਸੈਕਸ਼ਨ ਦੀ ਡਿਮਾਂਡ ਕਰ ਲਿੱਤੀ ਗਈ ਹੈ ਅਤੇ 2-4 ਦਿਨ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਸੁਪਰ ਸੈਕਸ਼ਨ ਲਿਆ ਕੇ ਇਹਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਦੱਸੋ ਤੁਸੀਂ ਗੱਲ ਕੀਤੀ ਹੈ ਸੀਵਰੇਜ ਛੋਟੇ ਆ ਕਿਆ ਇੱਥੇ ਸੀਵਰੇਜ ਵੱਡੇ ਵੀ ਪਵਾਏ ਜਾਣਗੇ ਗਲੀਆਂ ਬਹੁਤ ਛੋਟੀਆਂ ਨੇ ਸਰ ਇੱਥੇ ਵੱਡੇ ਸੀਵਰੇਜ ਪਾਉਣੇ ਬਹੁਤ ਔਖੇ ਨੇ ਅਗਰ ਵੱਡੇ ਸੀਵਰੇਜ ਪਾਵਾਂਗੇ ਤਾਂ ਇੱਥੇ ਨੁਕਸਾਨ ਵੀ ਹੋ ਸਕਦਾ ਅਤੇ ਇਸ ਕਰਕੇ ਇਹ ਇੱਕੋ ਹੀ ਚੀਜ਼ ਹੈ ਸੁਪਰ ਸੈਕਸ਼ਨ ਨਾਲ ਇਹਦਾ ਹੱਲ ਹੋਣਾ ਅਤੇ ਅਸੀਂ ਜਿੱਦਾਂ ਵੀ ਹੋ ਸਕੇ ਅਸੀਂ ਕਮਿਸ਼ਨਰ ਸਾਹਿਬ ਦੇ ਧਿਆਨ 'ਚ ਲਿਆਉਂਦਾ ਹੋਇਆ ਲੋਕਾਂ ਨੂੰ ਵੀ ਚਾਹੀਦਾ ਸਾਡਾ ਸਾਥ ਦੇਣ ਅਸੀਂ ਇੰਨਾ ਸਹਿਯੋਗ ਕਰ ਰਹੇ ਲੋਕਾਂ ਦਾ 3-4 ਵਾਰੀ ਅਗਰ ਆਪਾਂ ਅਗਰ ਉੱਥੇ ਮੈਨੂਅਲੀ ਕੰਮ ਕਰਵਾਇਆ ਤਾਂ ਉਹਨਾਂ ਦਾ ਟੈਂਪਰਰੀ ਤੌਰ 'ਤੇ ਹੱਲ ਕਰਵਾ ਦਿੱਤਾ ਸੀਗਾ
ਥੋੜ੍ਹੇ ਜਿਹੇ ਪੋਲੀਟੀਕਲ ਕਈ ਵਾਰੀ ਹੁੰਦੇ, ਓਪੋਜੀਸ਼ਨ 'ਚ ਕੁਛ ਬੰਦੇ ਖੜ੍ਹੇ ਹੁੰਦੇ ਨੇ, ਇਹ ਮੈਨੂੰ ਲੱਗਦਾ ਨਹੀਂ ਹੈ ਕਿ ਉਹ ਬੰਦੇ ਨੇ ਜਿਹੜੇ ਇੱਥੇ ਕਿਸੇ ਵੀ ਚੀਜ਼ ਦੇ ਵਰਥ ਹੈਗੇ ਨੇ। ਅਤੇ ਇਹ ਸ਼ਰਾਰਤਾਂ ਹੁੰਦੀ ਰਹਿੰਦੀਆਂ, ਪੋਲੀਟਿਕਸ ਹੈਗੀ ਹੈ, ਪਰ ਮੈਂ ਆਪਾਂ ਲੋਕਾਂ ਦੇ ਨਾਲ ਖੜ੍ਹੇ ਹਾਂ ਅਤੇ ਕੰਮ ਜਲਦੀ ਤੋਂ ਜਲਦੀ ਠੀਕ ਕਰਵਾ ਦਿੱਤਾ ਜਾਏਗਾ, ਉਹਦੇ 'ਚ ਕੋਈ ਸ਼ੱਕ ਨਹੀਂ।